ਕੰਦੂ ਖੂਬ ਜੀਵਿਤ ਬਚਕਰ ਚਲਾ ਗਿਆ, ਓ ਕੰਬਕ ਸੂਰ ਵੀ ਤੇਰਾ ਸਾਥ ਦੇ ਗਿਆ। ਆਹ ਸਮਝ ਲੈ ਤੇਰੀ ਮੌਤ ਨਿਕਟ ਆ ਗਈ ਹੈ। ਕੰਦੂ ਯਾਰ ਮੈਂ ਇਸਕਾ ਤੇਰੇ ਵਾਸਤੇ, ਹਾਂ ਮੇਰੇ ਵਾਸਤੇ। ਇਸ ਵਾਰ ਤੇਰਾ ਕਾਮ ਤਮਾਮ ਹੈ, ਪ੍ਰੰਤੂ ਆਜ ਤੇਰਾ ਬਚਨਾ ਸਖਤ ਮਹੌਲ ਹੈ। ਕਿਉਂਕਿ ਅਭੀ ਤਾਂ ਸ਼ਾਮ ਬਹੁਤ ਦੂਰ ਹੈ। ਬੱਚੋ ਕਾ ਨਾ ਹੀ ਸੁਪਨਾ ਖਾਕੀ ਨਾਕ ਨਹੀਂ, ਨਾ ਹੀ ਸ਼ਿਕਾਰ ਲੱਭਣ ਕਾ। ਓ ਲਕਸ਼ਮਣ ਅਭੀ ਘਰ ਕੋ ਲੜ ਜਾ, ਬੰਨਾ ਤਾੜਕਾ ਬੱਧ ਕਾ ਅਭਿਮਾਨ ਚੂਰ ਹੋ ਜਾਏਗਾ, ਔਰ ਖਾਤੂ ਸੜਕੇ ਬੱਧ ਕਾ ਬਦਲਾ ਪ੍ਰਤੀਗਾਤ ਪੂਰਾ ਹੋ ਜਾਏਗਾ। ਹਾਂ ਹਾਂ ਪ੍ਰਤੀਗਾਤ ਹੋਗਾ ਇੰਦਰਾ ਸਨ ਕੇ ਪਾਪੋਂ ਕਾ, ਸੁਰ ਮੰਡਲ ਮੁਨੀ ਮੰਡਲ ਗੋ ਮੰਡਲ ਕੇ ਸੰਤਾਪੋਂ ਕਾ। ਆਪਣੇ ਪ੍ਰਤੀ ਹੀਣਾ ਕੀ ਪੀੜਾ ਕੌਣ ਮਿਟਾਏਗੀ ਪ੍ਰਿਥਵੀ, ਆਜ ਅਧਰੋਂ ਕੇ ਤਾਗੇ ਨਾ ਉਸੇ ਜੀ ਭਰ ਕੇ ਨਹਾਏਗੀ ਪ੍ਰਿਥਵੀ। ਓ ਰਘਵਜੀ ਮੈਂ ਵੋ ਇੰਦਰ ਜੀਤ ਹੂੰ ਜਿਸ ਸੇ ਇੰਦਰ ਵੀ ਥਰ ਥਰ ਕਰਦਾ ਹੈ, ਔਰ ਇੰਦਰ ਜੀਤ ਸੇ ਯੁੱਧ ਕਰਨਾ ਕੋਈ ਖੇਲ ਨਹੀਂ ਹੈ ਬੱਚੋ ਕਾ, ਤੇਰੇ ਜੈਸੇ ਬੱਚੋ ਕੋ ਹਰਾਇਆ ਹੈ ਮੈਨੇ, ਔਰ ਬੜੇ ਬੜੇ ਯੁੱਧੋਂ ਕੇ ਪਸੀਨੇ ਛੁੜਾਏ ਹੈ ਮੈਨੇ। ਰਘੁਕੁਲ ਕੀ ਕਮਾਨ ਲੰਕਾ ਪਰ ਇਸ ਕਦਰ ਆ ਲੜਕੀ ਹੈ, ਰਿਸ਼ੀਓ ਦੇ ਜਗ ਕੀ ਜਵਾਲਾ ਬਦਲਾ ਲੈਣੇ ਬੜਕੀ ਹੈ। ਕਾਲ ਹੂੰ ਮੈਂ ਤੇਰਾ ਕਾਲ ਬਣ ਕਰ ਆਇਆ ਹੂੰ, ਜੋ ਮੁਝਸੇ ਟਕਰਾਏਗਾ ਨਸ਼ਟ ਭ੍ਰਸ਼ਟ ਹੋ ਜਾਏਗਾ। ਮੈਂ ਨਾ ਜਬ ਮੈਂ ਕਰਤੀ ਹੈ ਤੋ ਸਭ ਕੇ ਦਿਲ ਕੋ ਬਾਤੀ ਹੈ, ਬੱਕਰੀ ਜਬ ਮੈਂ ਕਰਤੀ ਹੈ ਤੋ ਆਪ ਚੁਰੀ ਬਨਵਾਤੀ ਹੈ। ਬੱਕਰੀ ਮੈਂ ਜਬ ਮੈਂ ਕਰਤੀ ਹੈ ਦੇਖ ਮੇਰਾ ਬਾਲ ਆਤਾ ਹੈ, ਯੇ ਜੀ ਮਹਾਰਾਜ ਜਾਈ ਦਾ ਕਿਆ ਹਾਲ ਹੈ। ਆਪਕਾ ਜਿਸਮ ਤੋ ਖੂਨ ਸੇ ਲਾਲ ਹੁਆ ਜਾ ਰਹਾ ਹੈ, ਐਸਾ ਕੌਣ ਸਾ ਪਾਇ ਹੈ ਜੋ ਮੈਨੇ ਕੀਆ ਨਹੀਂ। ਕਿਆ ਇਸਕੋ ਦੋਕਰ ਪੀਓਗੇ, ਕਿਆ ਇਸਕੋ ਗੋਲ ਕਰ ਪੀਓਗੇ। ਇਸੇ ਵੀ ਮੈਂ ਕਾਮ ਮੈਂ ਲਾ ਚੁੱਕਾ ਹੂੰ, ਇਹ ਐਸੀ ਚੀਜ਼ ਨਹੀਂ ਜੋ ਖਾਲੀ ਜਾਏ ਮਗਰ ਵਹਾਂ ਤੱਕ ਪਹੁੰਚ ਵੀ ਪਾਏ। ਇਸੇ ਪਾਇਆ ਜਾਤਾ ਹੈ ਲਕਸ਼ਮਣ ਇਸ ਵਿਦਿਆ ਕਾ ਵੀ ਉਸਤਾਦ ਹੈ। ਲਕਸ਼ਮਣ ਕੀ ਕਿਆ ਬੁਨਿਆਦ ਹੈ ਮਗਰ ਹਨੂਮਾਨ ਕੋ ਇਸਕੀ ਰੋਕਥਾਮ ਜ਼ਿਆਦਾ ਹੈ। ਹਨੂਮਾਨ ਕੋ ਅਲੱਗ ਕਰਨਾ ਮੇਰਾ ਕਾਮ ਹੈ, ਤੋ ਬਸ ਮੈਦਾਨ ਹਮਾਰੇ ਹੱਥ ਮੇ ਹੈ। ਹੁਸ਼ਿਆਰ ਹੋ ਜਾ ਔਰ ਮਰਨੇ ਕੇ ਲਈ ਤਿਆਰ ਹੋ ਜਾ। ਦੇਖ ਮੇਰਾ ਵਾਰ ਆਤਾ ਹੈ, ਯੇ ਦੇਖ ਖਾਲੀ ਜਾਤਾ ਹੈ। ਕਿ ਬ੍ਰਹਮ ਸ਼ਕਤੀ ਹੈ ਬ੍ਰਹਮਾ ਕੀ ਜੋ ਦੇਵ ਲੋਕ ਸੇ ਪਾਈ ਥੀ, ਇੰਦਰ ਕੋ ਜਿੱਤਾ ਥਾ ਤਬ ਜਾ ਕੇ ਹੱਥ ਮੇ ਆਈ ਥੀ। ਮੈਂ ਇਸਕਾ ਕੋਈ ਪ੍ਰਾਚਿਤ ਹੋਤਾ ਧਰਮੇ ਹੀ ਜਾਨ ਗਵਾਤਾ ਹੈ, ਜਬ ਸੂਰਬ ਤਨ ਪੇ ਲਗਤੀ ਹੈ ਮ੍ਰਿਤਿਯੂ ਵੀ ਡਰ ਜਾਤੀ ਹੈ। ਜਿਤਨੇ ਵੀ ਸ਼ਸਤਰ ਤੁਮਾਰੇ ਥੇ ਉਨ ਸਭ ਨੇ ਹਾਰ ਮਾਨੀ ਹੈ, ਜਬ ਯੁੱਧ ਮੈਂ ਸ਼ਸਤਰ ਹਾਰ ਗਏ ਤੋ ਬ੍ਰਹਮ ਯੁੱਧ ਕੀ ਠਾਨੀ ਹੈ। ਔਰ ਰਘੁਵੰਸ਼ੀ ਅਬ ਤੂੰ ਨਾ ਬਚ ਪਾਏਗਾ, ਅਬ ਇੰਦਰਜੀਤ ਇਸ ਭੂਮੰਡਲ ਪਰ ਲਖਨ ਜੀਤ ਕਹਿਲਾਏਗਾ।
हनुमान।